ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅਮਰ ਸਿੰਘ ਚਮਕੀਲਾ ਜੀ ਦਾ ਜਿਹੜਾ ਅਖਾੜਾ ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਉਸਦਾ ਕੁਝ ਕੁ ਅੰਸ਼ ਤੁਸੀਂ ਵੈਸੇ ਪਹਿਲਾਂ ਇੰਟਰਨੈੱਟ 'ਤੇ ਯੂਟਿਊਬ 'ਤੇ ਵੇਖ ਚੁੱਕੇ ਹੋ, ਪਰ ਉਹ ਅਖਾੜਾ ਤੁਸੀਂ ਕੋਈ ਬਹੁਤਾ ਸਾਫ਼ ਪ੍ਰਿੰਟ ਨਹੀਂ ਵੇਖਿਆ ਹੋਵੇਗਾ। ਅੱਜ ਅਸੀਂ ਉਸ ਅਖਾੜੇ ਦਾ ਬਿਲਕੁਲ HD ਪ੍ਰਿੰਟ, ਉਹਦੇ ਰੰਗ ਬਿਲਕੁਲ ਸਾਫ਼ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਦੋਸਤੋ, ਇਹ ਅਖਾੜਾ ਸੰਨ 1987 ਦਾ ਖੇਮਕਰਨ ਦਾ ਹੈ ਜੀ। ਖੇਮਕਰਨ ਦਾ ਇਹ ਅਖਾੜਾ ਦੋਸਤੋ ਪਾਕਿਸਤਾਨ ਬਾਰਡਰ ਦੇ ਬਿਲਕੁਲ ਤਾਰ ਦੇ ਨੇੜਲੇ ਪਿੰਡਾਂ ਦਾ ਹੈ ਜੀ। ਚਮਕੀਲਾ ਜੀ ਦੇ ਹੋਰਨਾਂ ਅਖਾੜੇ ਵਾਂਗ ਖੇਮਕਰਨ ਦੇ ਇਸ ਅਖਾੜੇ ਵਿੱਚ ਵੀ ਦੋਸਤੋ ਇਕੱਠ ਭਰਪੂਰ ਸੀ। ਜ਼ਿਆਦਾ ਇਕੱਠ ਹੋਣ ਦਾ ਕਾਰਨ ਇਹ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਵੀ ਜਿਹੜੇ ਨੇੜਲੇ ਪਿੰਡ ਸੀਗੇ ਬਾਰਡਰ ਦੇ ਉਸ ਪਾਸੇ, ਤਾਂ ਉੱਧਰੋਂ ਵੀ ਲੋਕਾਂ ਨੇ ਇਸ ਅਖਾੜੇ ਵਿੱਚ ਆ ਕੇ ਸ਼ਿਰਕਤ ਕੀਤੀ ਸੀ ਅਤੇ ਅਖਾੜੇ ਦਾ ਆਨੰਦ ਮਾਣਿਆ ਸੀ। ਕਿਉਂਕਿ ਦੋਸਤੋ 70-80 ਦੇ ਦਹਾਕੇ ਵਿੱਚ ਬਾਰਡਰ ਏਰੀਏ ਵਿੱਚ ਕੋਈ ਜ਼ਿਆਦਾ ਅੱਜ ਵਾਂਗੂ ਜ਼ਿਆਦਾ ਕੋਈ ਸਖਤਾਈ ਨਹੀਂ ਸੀ ਹੁੰਦੀ, ਲੋਕ ਆਮ ਹੀ ਰਾਤੇ ਬਰਾਤੇ ਉੱਧਰੋਂ ਇੱਧਰੋਂ ਆ ਜਾ ਸਕਦੇ ਸੀ। ਇਸ ਕਰਕੇ ਚਮਕੀਲਾ ਜੀ ਦਾ ਅਖਾੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਲੋਕਾਂ ਨੇ ਆ ਕੇ ਵੇਖਿਆ ਸੀ। ਤਾਂ ਖੇਮਕਰਨ ਦੇ ਇਸੇ ਅਖਾੜੇ ਵਿੱਚੋਂ ਤੁਹਾਨੂੰ ਕਾਫ਼ੀ ਗੀਤ ਜਿਹੜੇ ਹੈਗੇ ਆ ਵਧੀਆ ਕੁਆਲਿਟੀ ਦਾ ਪ੍ਰਿੰਟ ਕਰਕੇ ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੂਗੀ, ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ। ਆ ਜਾਓ ਸ਼ੁਰੂ ਕਰਦੇ ਹਾਂ ਜੀ। ਆਹ
I'm gonna see.
Thank you.